ਨੂੰਹ ਸੱਸ ਨੇ ਰਲ ਕੇ ਕੰਮ ਸ਼ੁਰੂ ਕੀਤਾ ਸੀਗਾ ਅਤੇ ਬਹੁਤ ਮਜ਼ਾ ਆਇਆ ਕੰਮ ਕਰਕੇ ਵੀ ਸਾਨੂੰ ਬਹੁਤ ਸ਼ੌਂਕ ਸੀਗਾ ਵੀ ਅਸੀਂ ਮਤਲਬ ਇਹ ਕੰਮ ਸ਼ੁਰੂ ਕਰੀਏ ਘਰ ਬੈਠੇ ਟਾਈਮ ਪਾਸ ਨਹੀਂ ਹੋ ਰਿਹਾ ਸੀਗਾ ਨੂੰਹ ਸੱਸ ਦੀ ਜੋੜੀ ਇਕੱਠੇ ਕੰਮ ਕਰ ਰਹੀ ਹੈ ਨਾ ਅਕਸਰ ਘਰ ਦੇ ਵਿੱਚ ਅਸੀਂ ਜਦੋਂ ਸੁਣਦੇ ਹਾਂ ਵੀ ਨੂੰਹ ਸੱਸ ਦੀ ਤਾਂ ਬਣਦੀ ਨਹੀਂ ਆ ਨੂੰਹ ਸੱਸ ਦੀ ਖਿੱਟ ਪਿੱਟ ਹਰ ਘਰ ਦੇ ਵਿੱਚ ਰਹਿੰਦੀ ਹੈ ਨਾ ਇਹ ਨੂੰਹ ਸੱਸ ਦੀ ਜੋੜੀ ਇੰਨੇ ਪਿਆਰ ਦੇ ਨਾਲ ਇਹ ਕੰਮ ਸ਼ੁਰੂ ਕੀਤਾ ਸਪੈਸ਼ਲੀ ਹੈ ਨਾ ਨਹੀਂ ਤਾਂ ਸੱਸ ਅਕਸਰ ਇਹ ਕਹਿੰਦੀ ਨਜ਼ਰ ਆਉਂਦੀ ਹੈ ਨੂੰਹ ਨੂੰ ਵੀ ਘਰ ਦੇ ਵਿੱਚ ਹੀ ਰਹਿ ਕੇ ਕੰਮ ਕਰਨਾ ਪਰ ਤੁਹਾਡੀ ਫੈਮਿਲੀ ਦੇ ਵਿੱਚ ਇਹ ਗੱਲ ਕਿਵੇਂ ਹੋਈ ਕਿ ਨੂੰਹ ਸੱਸ ਦੋਵੇਂ ਹੀ ਇਕੱਠੀਆਂ ਜਾ ਕੇ ਬਾਹਰ ਕੰਮ ਕਰਨਗੀਆਂ ਅਸੀਂ ਪਹਿਲਾਂ ਬੈਠ ਕੇ ਅਸੀਂ ਸਲਾਹ ਕੀਤੀ ਸਲਾਹ ਕਰਨ ਤੋਂ ਬਾਅਦ ਫਿਰ ਅਸੀਂ ਸੋਚਿਆ ਵੀ ਮਤਲਬ ਅਸੀਂ ਕੋਸ਼ਿਸ਼ ਕਰਦੇ ਹਾਂ ਪਹਿਲਾਂ ਹੌਲੀ ਹੌਲੀ ਕੋਸ਼ਿਸ਼ ਕਰਦੇ ਰਹੇ ਸਾਡਾ ਕੰਮ ਵੱਧਦਾ ਰਿਹਾ ਘਰ ਦੇ ਵਿੱਚ ਜਦੋਂ ਔਰਤਾਂ ਇਹ ਫੈਸਲਾ ਲੈਂਦੀਆਂ ਵੀ ਅਸੀਂ ਬਾਹਰ ਜਾ ਕੇ ਕੰਮ ਕਰਨਾ ਅਤੇ ਪਰਿਵਾਰ ਦਾ ਸਭ ਤੋਂ ਪਹਿਲਾਂ ਇਹ ਸਵਾਲ ਹੁੰਦਾ ਵੀ ਤੁਸੀਂ ਕਿਉਂ ਵੀ ਅਸੀਂ ਹੈਗੇ ਹਾਂ ਅਸੀਂ ਕਮਾਉਣ ਵਾਲੇ ਹੈਗੇ ਹਾਂ ਫਿਰ ਔਰਤਾਂ ਕਿਉਂ ਨਿਕਲਣਗੀਆਂ ਅਤੇ ਤੁਹਾਡੇ ਘਰ ਦੇ ਵਿੱਚ ਵੀ ਇਹ ਗੱਲ ਹੋਈ ਸੀਗੀ ਕਈ ਵਾਰ ਸ਼ਰਮ ਮਹਿਸੂਸ ਹੁੰਦੀ ਆ ਵੀ ਕੋਈ ਜਾਣ ਪਛਾਣ ਦਾ ਲੰਘ ਰਿਹਾ ਰਿਸ਼ਤੇਦਾਰ ਲੰਘ ਰਹੇ ਅਤੇ ਉਹ ਕੀ ਕਹਿਣਗੇ ਕਿ ਕਰੇੜੀ ਲਾਈ ਆ ਅਜਿਹਾ ਕਦੀ ਹੋਇਆ ਹਾਂਜੀ ਸਾਨੂੰ ਰਿਸ਼ਤੇਦਾਰਾਂ ਤੋਂ ਬਹੁਤ ਸੁਣਨ ਨੂੰ ਮਿਲਿਆ ਕਾਫੀ ਜਣਿਆਂ ਨੇ ਕਿਹਾ ਸਾਡੇ ਜੋ ਆਸ ਪੜੋਸ ਵਾਲੇ ਉਹਨਾਂ ਨੇ ਵੀ ਅਸੀਂ ਜਿੰਨਾ ਮਰਜ਼ੀ ਕਹਿ ਲਈਏ ਕਿ ਪੰਜਾਬ ਬਦਲ ਗਿਆ ਸਮਾਂ ਬਦਲ ਗਿਆ ਅਤੇ ਲੋਕਾਂ ਦੀ ਸੋਚ ਬਦਲ ਗਈ ਪਰ ਅਜਿਹਾ ਹਾਲੇ ਵੀ ਕਈ ਜਗ੍ਹਾ 'ਤੇ ਵੇਖਣ ਨੂੰ ਮਿਲਦਾ ਕਿ ਸਮਾਂ ਜ਼ਰੂਰ ਬਦਲ ਗਿਆ ਪਰ ਸੋਚ ਹਾਲੇ ਵੀ ਕਈ ਘਰਾਂ ਦੇ ਵਿੱਚ ਅਜਿਹੀ ਹੀ ਹੈ ਕਿ ਔਰਤਾਂ ਨੂੰ ਹਾਲੇ ਵੀ ਅਜਿਹਾ ਹੀ ਕਿਹਾ ਜਾਂਦਾ ਕਿ ਬਾਹਰ ਜਾ ਕੇ ਕੰਮ ਨਹੀਂ ਕਰਨਾ ਘਰ ਦੇ ਵਿੱਚ ਹੀ ਕੰਮ ਕਰਨਾ ਹੈ ਪਰ ਅੱਜ ਇੱਕ ਅਜਿਹੀ ਕਹਾਣੀ ਲੈ ਕੇ ਤੁਹਾਡੇ ਰੂਬਰੂ ਹੋਇਆ ਜੋ ਇਹ ਸਭ ਗੱਲਾਂ ਨੂੰ ਝੂਠਾ ਸਾਬਤ ਕਰਦੀ ਹੈ ਪਿੰਡਾਂ ਦੇ ਵਿੱਚ ਅਕਸਰ ਇਹ ਗੱਲਾਂ ਹੁੰਦੀਆਂ ਨੇ ਵੀ ਪਿੰਡਾਂ ਦੇ ਘਰ ਦੇ ਵਿੱਚ ਜਿੰਨੀਆਂ ਵੀ ਕੁੜੀਆਂ ਨੂੰਹਾਂ ਧੀਆਂ ਹੁੰਦੀਆਂ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਰਹਿਣ ਨੂੰ ਕਿਹਾ ਜਾਂਦਾ ਸਪੈਸ਼ਲੀ ਜਦੋਂ ਘਰ ਦੇ ਵਿੱਚ ਵਿਆਹ ਕੇ ਆਉਂਦੀ ਹੈ ਕਿਸੇ ਦੀ ਧੀ ਤਾਂ ਉਹਨੂੰ ਇਹੀ ਕਿਹਾ ਜਾਂਦਾ ਵੀ ਸਾਡੇ ਘਰ ਦੀ ਇੱਜ਼ਤ ਹੈ ਅਤੇ ਘਰ ਦੇ ਵਿੱਚ ਹੀ ਰਹਿਣਾ ਪਰ ਇਸ ਗੱਲ ਨੂੰ ਝੂਠਾ ਸਾਬਤ ਕੀਤਾ ਇਹ ਕਹਾਣੀ ਇਹ ਸਟਾਲ ਇੱਕ ਫੂਡ ਸਟਾਲ ਹੈ ਦੋ ਔਰਤਾਂ ਨੇ ਇਸ ਸਟਾਲ ਨੂੰ ਸ਼ੁਰੂ ਕੀਤਾ ਸੀਗਾ ਕੀ ਕਹਾਣੀ ਸੀਗੀ ਕਿਵੇਂ ਇਸ ਦੀ ਸ਼ੁਰੂਆਤ ਹੋਈ ਕਿਉਂਕਿ ਪਿੰਡ ਤੋਂ ਉੱਠ ਕੇ ਸ਼ਹਿਰ ਦੇ ਵਿੱਚ ਆਉਣਾ ਫਿਰ ਇੰਨੀ ਮਿਹਨਤ ਕਰਦੀ ਔਰ ਇਹ ਸਭ ਗੱਲਾਂ ਨੂੰ ਝੂਠਾ ਸਾਬਤ ਕਰਨਾ ਇਹ ਇਹਨਾਂ ਨੇ ਕੀਤਾ ਹੈ ਸੋ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦਾ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਮੇਰਾ ਨਾਮ ਨਰਿੰਦਰ ਕੌਰ ਹੈ ਅਤੇ ਅਸੀਂ ਨੂੰਹ ਸੱਸ ਨੇ ਰਲ ਕੇ ਕੰਮ ਸ਼ੁਰੂ ਕੀਤਾ ਸੀਗਾ ਅਤੇ ਬਹੁਤ ਮਜ਼ਾ ਆਇਆ ਕੰਮ ਕਰਕੇ ਵੀ ਸਾਨੂੰ ਬਹੁਤ ਸ਼ੌਂਕ ਸੀਗਾ ਵੀ ਅਸੀਂ ਮਤਲਬ ਇਹ ਕੰਮ ਸ਼ੁਰੂ ਕਰੀਏ ਘਰ ਬੈਠੇ ਟਾਈਮ ਪਾਸ ਨਹੀਂ ਹੋ ਰਿਹਾ ਸੀਗਾ ਅਤੇ ਕਈ ਆਪਾਂ ਦੇਖੀਦਾ ਸੀ ਬੱਚੇ ਜਦੋਂ ਆਉਂਦੇ ਸਕੂਲਾਂ ਤੋਂ ਬਾਹਰਲਾ ਖਾਣਾ ਖਾਂਦੇ ਸੀਗੇ ਤਾਂ ਆਣ ਕੇ ਕਹਿਣਾ ਮੰਮੀ ਸਾਡਾ ਪੇਟ ਦੁਖਦਾ ਆ ਬਾਹਰਲੇ ਅਸੀਂ ਪੁੱਛਣਾ ਕਿਹੜੀ ਚੀਜ਼ ਖਾਧੀ ਆ ਮਸਾਲੇ ਵਾਲੀ ਉਹਨਾਂ ਨੇ ਦੱਸਣਾ ਇਹ ਛੋਲੇ ਭਟੂਰੇ ਖਾਧੇ ਆ ਸਮੋਸੇ ਖਾਧੇ ਸੀਗੇ ਉਹਨਾਂ ਨੂੰ ਮਨਾ ਕਰਨਾ ਬੇਟਾ ਇਹ ਬਾਹਰਲੀਆਂ ਚੀਜ਼ਾਂ ਇੱਦਾਂ ਦੀਆਂ ਨਹੀਂ ਖਾਣੀਆਂ ਫਿਰ ਅਸੀਂ ਸੋਚਿਆ ਕਿਉਂ ਨਾ ਆਪਣੇ ਬੱਚੇ ਤੰਦਰੁਸਤ ਰਹਿਣ ਆਪਾਂ ਹੀ ਕੰਮ ਸ਼ੁਰੂ ਕਰਦੇ ਹਾਂ ਘਰ ਦਾ ਖਾਣਾ ਬਣਾ ਕੇ ਘਰੋਂ ਅਸੀਂ ਫਿਰ ਲੈ ਕੇ ਆਈਦਾ ਸੀਗਾ ਅਤੇ ਦੇਖ ਲਓ ਅਸੀਂ ਦਿਨ ਰਾਤ ਮਿਹਨਤ ਕਰੀਦੇ 5 ਵਜੇ ਤੋਂ ਉੱਠੀਦਾ ਘਰ ਦੀ ਸਾਰੀ ਫੈਮਿਲੀ ਮੈਂ ਥੋੜ੍ਹਾ ਜਿਹਾ ਰੋਕਣਾ ਚਾਹੂੰਗੀ ਨੂੰਹ ਸੱਸ ਦੀ ਜੋੜੀ ਇਕੱਠੇ ਕੰਮ ਕਰ ਰਹੀ ਹੈ ਨਾ ਅਕਸਰ ਘਰ ਦੇ ਵਿੱਚ ਅਸੀਂ ਜਦੋਂ ਸੁਣਦੇ ਹਾਂ ਵੀ ਨੂੰਹ ਸੱਸ ਦੀ ਤਾਂ ਬਣਦੀ ਨਹੀਂ ਆ ਨੂੰਹ ਸੱਸ ਦੀ ਖਿੱਟ ਪਿੱਟ ਹਰ ਘਰ ਦੇ ਵਿੱਚ ਰਹਿੰਦੀ ਹੈ ਨਾ ਇਹ ਨੂੰਹ ਸੱਸ ਦੀ ਜੋੜੀ ਇੰਨੇ ਪਿਆਰ ਦੇ ਨਾਲ ਇਹ ਕੰਮ ਸ਼ੁਰੂ ਕੀਤਾ ਸਪੈਸ਼ਲੀ ਹੈ ਨਾ ਨਹੀਂ ਤਾਂ ਸੱਸ ਅਕਸਰ ਇਹ ਕਹਿੰਦੀ ਨਜ਼ਰ ਆਉਂਦੀ ਹੈ ਨੂੰਹ ਨੂੰ ਵੀ ਘਰ ਦੇ ਵਿੱਚ ਹੀ ਰਹਿ ਕੇ ਕੰਮ ਕਰਨਾ ਪਰ ਤੁਹਾਡੀ ਫੈਮਿਲੀ ਦੇ ਵਿੱਚ ਇਹ ਗੱਲ ਕਿਵੇਂ ਹੋਈ ਕਿ ਨੂੰਹ ਸੱਸ ਦੋਵੇਂ ਹੀ ਇਕੱਠੀਆਂ ਜਾ ਕੇ ਬਾਹਰ ਕੰਮ ਕਰਨਗੀਆਂ ਹਾਂਜੀ ਅਸੀਂ ਪਹਿਲਾਂ ਬੈਠ ਕੇ ਅਸੀਂ ਸਲਾਹ ਕੀਤੀ ਸਲਾਹ ਕਰਨ ਤੋਂ ਬਾਅਦ ਫਿਰ ਅਸੀਂ ਸੋਚਿਆ ਵੀ ਮਤਲਬ ਅਸੀਂ ਕੋਸ਼ਿਸ਼ ਕਰਦੇ ਹਾਂ ਪਹਿਲਾਂ ਹੌਲੀ ਹੌਲੀ ਕੋਸ਼ਿਸ਼ ਕਰਦੇ ਰਹੇ ਸਾਡਾ ਕੰਮ ਵੱਧਦਾ ਰਿਹਾ ਫਿਰ ਸਾਡਾ ਬੇਟਾ ਸੀਗਾ ਉਹ ਨਹੀਂ ਆ ਰਹੇ ਚਾਚੀ ਜੀ ਬੇਟਾ ਕਹਿੰਦਾ ਮੈਂ ਵੀ ਨਾਲ ਕਰਨਾ ਉਹਨੂੰ ਵੀ ਸ਼ੌਂਕ ਸੀਗਾ ਕੰਮ ਕਰਨ ਦਾ
ਅਤੇ ਉਹ ਵੀ ਸਾਡੇ ਨਾਲ ਇਸ ਟਾਈਮ ਚਾਚਾ ਜੀ ਸਾਡੇ ਉਹ ਵੀ ਕੰਮ ਤੋਂ ਹਟ ਕੇ ਉਹ ਵੀ ਸਾਡੇ ਨਾਲ ਪੂਰੀ ਮਦਦ ਕਰਾ ਰਹੇ ਆ ਅਤੇ ਵਧੀਆ ਸਾਡਾ ਕੰਮ ਚੱਲ ਰਿਹਾ ਹੈ। ਅੱਛਾ, ਆ ਪਲਾਨ ਕਿਦਾਂ ਸੀਗਾ ਵੀ ਅਜਿਹੀ ਕੋਈ ਕਾਰਟ ਖੋਲ੍ਹੀ ਜਾਏਗੀ ਆ, ਇਹ ਸਮਾਨ ਬਣ ਕੇ ਅਸੀਂ ਲੋਕਾਂ ਦੇ ਰੂਬਰੂ ਕਰਨਾ, ਉਹਨਾਂ ਨੂੰ ਖਵਾਉਣਾ, ਘਰ ਦਾ ਸਵਾਦ ਸਪੈਸ਼ਲੀ ਦੇਣਾ, ਪਲਾਨ ਕਿਦਾਂ ਸੀਗਾ ਇਹ ਸਾਡਾ? ਮਤਲਬ ਦੋਨਾਂ ਨੌ ਸੱਸ ਦੇ, ਹਾਂਜੀ, ਇਸ ਜਿਹੜਾ ਵੀ ਕੋਈ ਕੰਮ ਕਰਦੇ ਸਲਾਹ ਨਹੀਂ, ਮਤਲਬ ਗੱਲ ਕਰਕੇ ਫਿਰ ਅਸੀਂ ਕੰਮ ਸ਼ੁਰੂ ਕੀਤਾ ਕਰਨਾ, ਹਾਂਜੀ। ਅੱਛਾ, ਕਦੀ ਸੋਸ਼ਲ ਮੀਡੀਆ 'ਤੇ, ਵੈਸੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਫੋਨ ਹਰ ਘਰ ਦੇ ਵਿੱਚ, ਹਰ ਹੱਥ ਦੇ ਵਿੱਚ ਫੋਨ ਅੱਜ ਕੱਲ੍ਹ, ਹੈ ਨਾ, ਕਦੀ ਵੈਸੇ ਦੇਖਿਆ ਸੀਗਾ ਵੀ ਲੇਡੀਜ਼ ਬਾਹਰ ਨਿਕਲ ਕੇ ਕੰਮ ਕਰ ਰਹੀਆਂ, ਜਾਂ ਕੁਝ ਵੇਖਿਆ ਹੋਇਆ ਅਜਿਹਾ ਸੋਸ਼ਲ ਮੀਡੀਆ 'ਤੇ ਕਿ ਤੁਹਾਡਾ ਵੀ ਮਨ ਕਰਿਆ ਹੋਇਆ ਵੀ ਅਜਿਹਾ ਹੀ ਕੁਝ ਕਰਨਾ? ਨਹੀਂ ਮੈਡਮ, ਅਸੀਂ ਮਤਲਬ ਤਾਂ ਮੈਂ ਫਿਲਹਾਲ ਤਾਂ ਨਹੀਂ, ਇੰਨਾ ਬਾਹਰ ਤਾਂ ਨਹੀਂ ਸੀ, ਪਹਿਲੀ ਵਾਰ ਅਸੀਂ ਬਾਹਰ ਆਏ ਹਾਂ, ਅਤੇ ਉਹ ਵੀ ਸਲਾਹ ਦੇ ਨਾਲ ਹੀ, ਵੈਸੇ ਕਿ ਅਸੀਂ ਵੀ ਕਰੀਏ ਕੰਮ, ਰੇਹੜੀਆਂ 'ਤੇ ਜ਼ਰੂਰ ਆਪਾਂ ਦੇਖੀਏ ਦਾ ਭਰਾ ਕੰਮ ਕਰਦੇ, ਅਤੇ ਉਹਨਾਂ ਵੱਲ ਦੇਖ ਸਾਡਾ ਵੀ ਹੌਂਸਲਾ ਵਧਿਆ, ਅਤੇ ਅਸੀਂ ਕਿਉਂ ਨਾ ਆਪਣਾ ਘਰ ਦਾ ਹੀ, ਜਿੱਦਾਂ ਆਪਾਂ ਘਰ ਖਾਣਾ ਬਣਾਈਦਾ ਆ, ਮਸਾਲੇ ਘੱਟ ਪਾਈਦੇ ਆ, ਅਤੇ ਅਸੀਂ ਵੀ ਕਿਉਂ ਨਾ ਬਣਾ ਕੇ ਬਾਹਰ ਖਿਲਾਈਏ, ਹਾਂਜੀ। ਅੱਛਾ, ਇਹ ਨੂੰਹ ਸੱਸ ਦੀ ਜੋੜੀ ਆ, ਪਰ ਸੱਸ ਇੱਥੇ ਨਹੀਂ ਵਿਖ ਰਹੀ, ਹੁਣ ਨੂੰਹ ਜ਼ਿੰਮੇਵਾਰੀ ਨਿਭਾਉਂਦੀ ਨਜ਼ਰ ਆ ਰਹੀ ਹੈ, ਕੀ ਕਾਰਨ ਹੈ ਵੀ ਉਹ ਨਹੀਂ ਆ ਰਹੇ ਕੁਝ ਦਿਨਾਂ ਤੋਂ? ਕਾਰਨ ਮੈਡਮ ਤਾਂ ਥੋੜ੍ਹੀ ਮਜਬੂਰੀ ਸੀਗੀ, ਅਤੇ ਸਾਡੇ ਉਹਨਾਂ ਦੇ ਪੋਤੀ ਹੋਈ ਸੀਗੀ, ਅਤੇ ਉਹ ਮਤਲਬ ਇਸ ਕਰਕੇ ਉਹਨਾਂ ਨੂੰ ਘਰ ਰਹਿਣਾ ਪੈਂਦਾ, ਪੋਤੀ ਕਰਕੇ ਉਹਨਾਂ ਦਾ ਬੇਟਾ ਨਾਲ ਆਉਂਦਾ, ਚਾਚਾ ਜੀ ਉਹ ਵੀ ਨਾਲ ਆਉਂਦੇ ਆ, ਅਤੇ ਇੱਧਰ ਰਲ ਮਿਲ ਕੇ ਅਸੀਂ ਸਾਰੀ ਫੈਮਿਲੀ ਇਸ ਕੰਮ ਨੂੰ ਸਾਂਭਦੇ ਪਏ ਆ। ਅੱਛਾ, ਅਤੇ ਇਹ ਸਭ ਤਿਆਰ ਕੌਣ ਕਰਦਾ ਘਰ ਦੇ ਵਿੱਚ? ਚਾਚੀ ਹੁਣੀ ਬਣਾਉਂਦੇ ਆ, ਬੇਟਾ ਬਣਾਉਂਦਾ ਆ, ਅਸੀਂ ਵੀ ਨਾਲ ਰਲ ਕੇ ਬਣਾਉਂਦੇ ਆ ਸਾਰੇ, ਹਾਂਜੀ, ਸਾਰੇ ਰਲ ਕੇ ਕੰਮ ਕਰਦੇ ਪਏ। ਅੱਛਾ, ਜਿਸ ਦਿਨ ਪਹਿਲੇ ਦਿਨ ਇੱਕ ਰੇਹੜੀ ਇੱਥੇ ਤੁਸੀਂ ਲਗਾਈ ਸੀਗੀ, ਅਤੇ ਹੁਣ ਜਿੰਨਾ ਵੀ ਸਮਾਂ ਹੋ ਗਿਆ ਇੱਥੇ ਆਉਂਦਿਆਂ ਨੂੰ, ਕਦੇ ਲੱਗਾ ਸੀਗਾ ਕਿ ਪਹਿਲੇ ਦਿਨ ਜਾਵਾਂਗੇ ਤਾਂ ਇੰਨਾ ਲੰਬਾ ਤੁਰ ਪਾਵਾਂਗੇ ਅਸੀਂ, ਲੋਕ ਸਾਨੂੰ ਪਿਆਰ ਕਰਨਗੇ? ਨਹੀਂ, ਅਸੀਂ ਕਦੇ ਸੋਚਿਆ ਵੀ ਨਹੀਂ ਸੀਗਾ, ਪਹਿਲੇ ਦਿਨ ਤਾਂ ਬਹੁਤ ਜ਼ਿਆਦਾ ਮਨ 'ਚ ਡਰ ਗਿਆ ਸੀਗਾ ਵੀ ਅਸੀਂ ਪਹਿਲੀ ਵਾਰ ਆਏ ਵੀ ਸੜਕ 'ਤੇ, ਇੱਦਾਂ ਕਦੇ ਸੋਚਿਆ ਨਹੀਂ ਸੀਗਾ, ਫਿਰ ਅਸੀਂ ਹੌਲੀ ਹੌਲੀ ਸਾਡਾ ਹੌਂਸਲਾ ਵੱਧ ਰਿਹਾ, ਜਿੱਦਾਂ ਕਸਟਮਰ ਆਉਂਦੇ ਰਹੇ ਆ, ਉਹਨਾਂ ਦਾ ਬਹੁਤ ਸਾਰਾ ਪਿਆਰ ਮਿਲਿਆ, ਉਹਨਾਂ ਨੇ ਸਾਨੂੰ ਇਹੀ ਦੱਸਿਆ, ਕਿਹਾ ਕਿ ਆਂਟੀ ਤੁਸੀਂ ਰੋਜ਼ ਆਓ, ਖਾਣਾ ਤੁਹਾਡਾ ਬਹੁਤ ਵਧੀਆ ਆ ਬਣਦਾ, ਵੀ ਅਸੀਂ ਬਾਹਰ ਛੋਲੇ ਭਟੂਰੇ ਖਾ ਖਾ ਕੇ ਅੱਕ ਗਏ ਹਾਂ, ਵੀ ਮਤਲਬ ਉਹ ਤੋਂ ਵਧੀਆ ਅਸੀਂ ਜਿੱਦਾਂ ਆਮ ਘਰ ਬੈਠ ਕੇ ਖਾਣਾ ਖਾਂਦੇ, ਸਾਨੂੰ ਉਸ ਤਰ੍ਹਾਂ ਫੀਲ ਹੁੰਦਾ ਪਿਆ ਵੀ ਅਸੀਂ ਤਾਂ ਇੱਥੇ ਆਵਾਂਗੇ ਖਾਣਾ ਖਾਣ, ਹੋਰ ਅਸੀਂ ਅੱਜ ਤੋਂ ਨਹੀਂ ਬਾਹਰ ਜਾਵਾਂਗੇ ਛੋਲੇ ਭਟੂਰੇ ਖਾਣ, ਆਉਂਦੇ ਵੀ ਆ, 10-11 ਮਹੀਨੇ ਹੋ ਗਏ ਸਾਨੂੰ ਰੇਹੜੀ ਲਾਉਂਦਿਆਂ ਨੂੰ, ਆਉਂਦੇ ਵੀ ਡੇਲੀ ਪੱਕਾ ਆਉਂਦੇ ਆ, ਹਾਂਜੀ। ਅੱਛਾ, ਕਦੇ ਅਜਿਹਾ ਹੋਇਆ ਵੀ ਕੋਈ ਆਇਆ ਹੋਏ ਅਤੇ ਮਤਲਬ ਜਦੋਂ ਸ਼ੁਰੂਆਤ ਦੇ ਵਿੱਚ ਆਉਂਦੇ ਨੇ ਲੋਕ ਤੁਹਾਡੇ ਕੋਲ, ਪਹਿਲੀ ਵਾਰ ਆਉਂਦੇ ਨੇ, ਦੂਜੀ ਵਾਰ ਆਉਂਦੇ ਨੇ, ਕੋਈ ਰੈਗੂਲਰ ਕਸਟਮਰ ਬਣਿਆ ਤੁਹਾਡਾ ਹਾਲੇ ਤੱਕ? ਹਾਂਜੀ, ਕਈ ਆਉਂਦੇ, ਸਾਨੂੰ ਫੋਨ ਕਰ ਕਰਕੇ ਔਡਰ ਦੇ ਦਿੰਦੇ ਆ, ਹਾਂਜੀ, ਅਤੇ ਅਸੀਂ ਵੀ ਪੈਕਿੰਗ ਕਰਕੇ ਰੱਖ ਲਈਦੇ ਆ, ਅਤੇ ਹੁਣ ਵੀ ਦੇਖੋ ਤੁਹਾਡੇ ਸਾਹਮਣੇ ਇੱਕ ਬੇਟਾ ਆਇਆ ਸੀਗਾ, ਉਹਨੇ ਪਹਿਲਾਂ ਫੋਨ ਕਰਕੇ ਸਾਨੂੰ ਦੱਸਿਆ, ਅਸੀਂ ਹੁਣ ਅਸੀਂ ਕਿਹਾ ਕੋਈ ਗੱਲ ਨਹੀਂ ਕਰ ਦਿੰਦੇ ਪੈਕਿੰਗ, ਜਾਣੂ ਹੁਣ ਤੁਸੀਂ ਆ ਗਏ ਸੀਗੇ ਅਤੇ ਤੁਹਾਡੇ ਨਾਲ ਵੀ ਇੰਟਰਵਿਊ ਦੇਣੀ ਸੀਗੀ, ਅਤੇ ਮਤਲਬ ਕਾਫੀ ਦੂਰੋਂ ਲਾਂਬੜੇ ਤੋਂ ਆ ਰਹੇ ਆ, ਆਪਣੇ ਇੱਧਰੋਂ ਫਗਵਾੜੇ ਤੋਂ ਵੀ ਕਈ ਆਉਂਦੇ ਆ, ਬਹੁਤ ਦੂਰੋਂ ਦੂਰੋਂ ਆਉਂਦੇ ਆ, ਮਕਸੂਦਾਂ ਵੱਲੋਂ ਵੀ, ਇਹ ਮਤਲਬ ਉਹਨਾਂ ਨੂੰ ਫੋਨ ਕਰਕੇ ਸਾਨੂੰ ਪਹਿਲੇ ਕਹਿ ਦੇਣਾ ਵੀ ਅਸੀਂ ਸਾਡਾ ਇੱਧਰ ਅੱਜ ਗੇੜਾ ਲੱਗਣਾ, ਤੁਸੀਂ ਮੈਡਮ ਸਾਨੂੰ ਪੈਕਿੰਗ ਆ ਖਾਣੇ ਦੀ ਪੈਕਿੰਗ ਕਰਕੇ ਰੱਖ ਦਿਉ, ਹਾਂਜੀ, 2-4 ਵਾਰ ਅਸੀਂ ਔਡਰ ਵੀ ਟਿਫਨ ਸਾਡੇ 50-60 ਤੋਂ ਇਹ ਵੀ ਗਏ ਆ ਪੈਕ ਕਰਕੇ, ਹਾਂਜੀ ਹਾਂਜੀ। ਅੱਛਾ, ਅਤੇ ਰੋਜ਼ ਮੈਨਿਊ ਤੁਹਾਡਾ ਸੇਮ ਹੀ ਹੁੰਦਾ ਜਾਂ ਕੁਝ ਬਦਲਾਵ ਵੀ ਹੁੰਦਾ? ਹਾਂਜੀ, ਮਤਲਬ ਰਾਜਮਾਂਹ ਚਾਵਲ ਕੜੀ ਤਾਂ ਸੇਮ ਹੁੰਦੇ ਆ, ਅਤੇ ਬਾਕੀ ਇੱਕ ਦਾਲ ਸਬਜ਼ੀ ਇਹ ਰੋਜ਼ ਚੇਂਜ ਹੁੰਦੀ ਆ, ਹਾਂਜੀ ਹਾਂਜੀ, ਵਧੀਆ, ਮਤਲਬ ਬਹੁਤ ਵਧੀਆ ਢੰਗ ਦੇ ਨਾਲ ਅਸੀਂ ਮਤਲਬ ਆਪਣਾ ਕੰਮ ਚਲਾ ਰਹੇ ਹਾਂ, ਸਾਨੂੰ ਖੁਸ਼ੀ ਵੀ ਹੁੰਦੀ ਆ, ਹਾਂਜੀ, ਕੰਮ ਕਰਕੇ। ਅੱਛਾ, ਇੱਕ ਪਾਸੇ ਤਾਂ ਲੋਕ ਇੱਥੇ ਆਉਂਦੇ ਨੇ, ਘਰ ਦਾ ਸਵਾਦ ਉਹਨਾਂ ਨੂੰ ਮਿਲਦਾ ਖਾਣ ਨੂੰ, ਹੈ ਨਾ, ਜਿਹੜੇ ਆਪਣੇ ਘਰਾਂ ਤੋਂ ਦੂਰ ਰਹਿੰਦੇ ਨੇ ਦੂਸਰੇ ਸ਼ਹਿਰਾਂ ਦੇ ਵਿੱਚ ਜਿਵੇਂ ਆ ਕੇ, ਅਤੇ ਕਦੀ ਅਜਿਹਾ ਹੋਇਆ ਵੀ ਕਦੀ ਕਿਸੇ ਨੇ ਕਿਹਾ ਹੋਏ ਵੀ ਦੋ ਔਰਤਾਂ ਕੰਮ ਕਰ ਰਹੀਆਂ ਵੀ ਨਹੀਂ ਕਰਨਾ ਚਾਹੀਦਾ, ਕਦੀ ਕਿਸੇ ਨੇ ਨਿੰਦਿਆ ਇਸ ਕੰਮ ਨੂੰ? ਨਹੀਂ ਨਹੀਂ, ਕਿਸੇ ਨੇ, ਉਹ ਜਿਹੜੇ ਵੀ ਕੋਈ ਆਉਂਦੇ ਸਾਨੂੰ ਕਹਿੰਦੇ ਬਹੁਤ ਵਧੀਆ ਲੱਗਦਾ,
ਮਤਲਬ ਬਹੁਤ ਵਧੀਆ ਲੱਗਦਾ ਤੁਸੀਂ ਮਤਲਬ ਘਰ 'ਚੋਂ ਬਾਹਰ ਆ ਕੇ ਤੁਸੀਂ ਮਿਹਨਤ ਕਰਦੇ। ਦੇਖੋ ਆਪਾਂ ਹੁਣ ਬਾਹਰ ਵੀ ਜਾਂਦੇ ਹਾਂ, ਠੀਕ ਨਹੀਂ, ਉੱਧਰ ਬਾਹਰ ਵੀ ਜਾ ਕੇ ਵੀ ਮਿਹਨਤ ਕਰਕੇ ਆਪਾਂ ਕਮਾ ਕੇ ਖਾਣਾ, ਕਿਉਂ ਨਾ ਆਪਾਂ ਇੰਡੀਆ ਦੇ ਵਿੱਚ ਆਪਾਂ ਮਿਹਨਤ ਕਰਕੇ ਨਾਲ ਪਰਿਵਾਰ ਦੇ ਵਿੱਚ ਬੈਠੇ ਹਾਂ, ਅਤੇ ਮਿਹਨਤ ਕਰਕੇ ਕਿਉਂ ਨਾ ਬੱਚਿਆਂ ਦਾ ਪਾਲਣ ਪੋਸ਼ਣ ਕਰੀਏ, ਠੀਕ ਨਹੀਂ, ਨਾਲ ਘਰ ਦੇ ਘਰ। ਹਾਂਜੀ, ਸਭ ਤੋਂ ਜ਼ਿਆਦਾ ਮਿਹਨਤ ਸਾਡੇ ਚਾਚੀ ਜੀ, ਬੇਟਾ ਜੀ, ਇਹਨੂੰ ਵੀ ਬਹੁਤ ਸ਼ੌਂਕ ਸੀ ਇਸ ਕੰਮ ਦਾ, ਕਿਉਂਕਿ ਸਾਰਿਆਂ ਦੀ ਸਲਾਹ ਦੇ ਨਾਲ ਅਸੀਂ ਇਹ ਕੰਮ ਸ਼ੁਰੂ ਕੀਤਾ। ਹਾਂਜੀ। ਅੱਛਾ, ਅਤੇ ਕਿੰਨੇ ਵਜੇ ਤੁਸੀਂ ਇੱਥੇ ਆ ਜਾਂਦੇ ਹੋ ਆਪਣਾ ਸਟਾਲ ਲੈ ਕੇ? ਅਸੀਂ ਆਜੀਦਾ 11 11:30 ਦੇ ਵਿੱਚ ਅਸੀਂ ਹੁਣ ਆਜੀਦਾ ਆ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਆ, ਅਤੇ ਅਸੀਂ ਕਈ ਤਾਂ ਜਿੰਨੀ ਜਲਦੀ ਸਾਡਾ ਮਤਲਬ ਖਾਣਾ ਖਤਮ ਹੋਊਗਾ ਤਾਂ ਅਸੀਂ ਜਲਦੀ ਤੋਂ ਜਲਦੀ ਘਰ ਜਾਵਾਂਗੇ। ਹਾਂਜੀ, ਅਸੀਂ 2:30-3 ਵਜੇ ਵੀ ਫ੍ਰੀ ਹੋ ਜਾਈਦਾ ਆ, ਅਤੇ ਕਿਸੇ ਵੇਲੇ 4:05 ਵੀ ਵੱਜ ਜਾਂਦੇ ਆ, ਅਤੇ ਵਧੀਆ ਮਤਲਬ ਲੱਗਦਾ ਸਾਨੂੰ। ਹਾਂਜੀ ਜੀ, ਹੁਣ ਵੀ ਕਸਟਮਰਸ ਇਹਨਾਂ ਦੇ ਖੜ੍ਹੇ ਹੋਏ ਨੇ ਜਿਹੜੇ ਇਹਨਾਂ ਕੋਲ ਸਮਾਨ ਲੈਣ ਆਉਂਦੇ, ਵੀਰਾ ਵੀ ਇੱਥੇ ਆ ਗਿਆ, ਇਹਨਾਂ ਨੂੰ ਵੀ ਕਰ ਦਿਓ। ਅੱਛਾ ਵੀਰੇ, ਸਭ ਤੋਂ ਪਹਿਲਾਂ ਤਾਂ ਮੈਂ ਇਹੀ ਪੁੱਛਣਾ ਕਿ ਇੱਕ ਘਰ ਦੇ ਵਿੱਚ ਜਦੋਂ ਔਰਤਾਂ ਇਹ ਫੈਸਲਾ ਲੈਂਦੀਆਂ ਵੀ ਅਸੀਂ ਬਾਹਰ ਜਾ ਕੇ ਕੰਮ ਕਰਨਾ, ਅਤੇ ਪਰਿਵਾਰ ਦਾ ਸਭ ਤੋਂ ਪਹਿਲਾਂ ਇਹ ਸਵਾਲ ਹੁੰਦਾ ਵੀ ਤੁਸੀਂ ਕਿਉਂ, ਵੀ ਅਸੀਂ ਹੈਗੇ ਹਾਂ, ਅਸੀਂ ਕਮਾਉਣ ਵਾਲੇ ਹੈਗੇ ਹਾਂ, ਫਿਰ ਔਰਤਾਂ ਕਿਉਂ ਨਿਕਲਣਗੀਆਂ? ਅਤੇ ਤੁਹਾਡੇ ਘਰ ਦੇ ਵਿੱਚ ਵੀ ਇਹ ਗੱਲ ਹੋਈ ਸੀਗੀ? ਨਹੀਂ, ਸਾਡੇ ਘਰ ਵਿੱਚ ਇੱਦਾਂ ਜੀ ਤਾਂ ਕੋਈ ਗੱਲ ਨਹੀਂ ਹੋਈ, ਅਤੇ ਉਹਨਾਂ ਮੰਮੀ ਨੇ ਕਿਹਾ ਕਿ ਇੱਦਾਂ ਸਟਾਰਟ ਕਰਨਾ, ਵੈਸੇ ਸਟਾਰਟ ਕਰਨ ਦਾ ਮੈਂ ਸੋਚ ਰਿਹਾ ਸੀ ਕਾਫੀ ਟਾਈਮ ਤੋਂ, ਅਤੇ ਪਰ ਮੇਰੇ ਕੋਲ ਹਿੰਮਤ ਨਹੀਂ ਪੈ ਰਹੀ ਸੀਗੀ, ਅਤੇ ਮੰਮੀ ਅਤੇ ਭਾਬੀ ਨੇ ਹਿੰਮਤ ਕੀਤੀ ਆ, ਅਤੇ ਇਹ ਆ ਗਏ ਆ, ਇਹਨਾਂ ਨੇ ਸਟਾਰਟਅਪ ਕੀਤਾ, ਇਹ ਬਾਹਰ ਆਏ। ਇਹਨਾਂ ਨੇ ਪਹਿਲਾਂ ਚਲੋ ਸਟਾਰਟਿੰਗ ਦੇ ਵਿੱਚ ਮੁਸ਼ਕਲਾਂ ਆਈਆਂ, ਬਟ ਨਾਲ ਨਾਲ ਮੈਂ ਵੀ ਸਪੋਰਟ ਕਰਦਾ ਰਿਹਾ, ਡੈਡੀ ਬਾਕੀ ਘਰ ਦੇ ਇੱਧਰੋਂ ਭਾਜੀ ਹੁਣੀ ਵੀ ਸਪੋਰਟ ਕਰਦੇ ਰਹੇ, ਇਹਨਾਂ ਦੇ ਬੇਟੇ ਆ, ਕਈ ਵਾਰ ਸਾਨੂੰ ਜਿੱਦਾਂ ਅਸੀਂ ਠੀਕ ਨਹੀਂ ਆ ਉਹ ਬੇਟੇ ਵੀ ਆਉਂਦੇ ਆ, ਉਹ ਵੀ ਨਾਲ ਹੈਲਪ ਕਰਦੇ, ਉਹ ਸਟੱਡੀ ਵੀ ਕਰਦੇ ਆ, ਉਹ ਵੀ ਨਾਲ ਆ ਕੇ ਸਾਡੇ ਨਾਲ ਕੰਮ ਕਰਾਉਂਦੇ ਆ, ਅਤੇ ਜਾਣੀ ਕਿ ਸਾਰਿਆਂ ਦੇ ਰਲ ਮਿਲ ਕੇ ਅਸੀਂ ਚਲਾ ਰਹੇ ਹਾਂ। ਅੱਛਾ, ਮਤਲਬ ਫੈਮਿਲੀ ਨੇ ਪੂਰਾ ਸਪੋਰਟ ਕੀਤਾ, ਰੋਕਿਆ ਨਹੀਂ, ਹੈ ਨਾ? ਹਾਂਜੀ, ਰੁਕਿਆ ਨਹੀਂ ਕੰਮ, ਅਸੀਂ ਰੋਕਿਆ ਨਹੀਂ ਆ, ਕੋਈ ਵੀ ਮੁਸ਼ਕਲ ਆਈ ਆ, ਜਿੱਦਾਂ ਮੈਂ ਨਹੀਂ ਆ, ਭਾਬੀ ਉਹਨਾਂ ਨੇ ਆਉਣਾ, ਇਹਨਾਂ ਦੇ ਬੇਟੇ ਨੇ ਆਉਣਾ ਆ, ਭਾਬੀ ਨਹੀਂ ਆ, ਡੈਡੀ ਨੇ ਆਉਣਾ ਆ, ਮੰਮੀ ਨੇ ਆਉਣਾ, ਜਾਣੀ ਕਿ ਕੰਮ ਨਹੀਂ ਅਸੀਂ ਰੁਕਿਆ, ਬਟ ਅਸੀਂ ਨਾਲ ਚਲਾਉਂਦੇ ਰਹੇ ਹਾਂ, ਕੰਮ ਨਹੀਂ ਅਸੀਂ ਰੁਕਿਆ। ਅੱਛਾ, ਅਤੇ ਕਿਵੇਂ ਦਾ ਇੱਥੋਂ ਲੋਕਾਂ ਦਾ ਹੁੰਗਾਰਾ ਮਿਲ ਰਿਹਾ, ਪਸੰਦ ਕਰ ਰਹੇ ਨੇ ਤੁਹਾਨੂੰ, 11 ਮਹੀਨੇ ਇੱਥੇ ਹੋ ਗਏ ਨੇ ਰੇਹੜੀ ਲਾਉਂਦਿਆਂ ਨੂੰ? ਹਾਂਜੀ ਹਾਂਜੀ, ਬਹੁਤ ਬਹੁਤ ਜ਼ਿਆਦਾ ਸਾਨੂੰ ਰਿਸਪੋਂਸ ਬਹੁਤ ਵਧੀਆ ਮਿਲਿਆ, ਤਾਂ ਹੀ ਅਸੀਂ ਇੰਨਾ ਟਾਈਮ ਕੱਢ ਗਏ ਹਾਂ, ਕਿਉਂਕਿ ਲੋਕਾਂ ਦਾ ਇੰਨਾ ਰਿਸਪੋਂਸ ਮਿਲ ਰਿਹਾ ਆ। ਅਤੇ ਕਈ ਵਾਰ ਅਜਿਹਾ ਵੀ ਹੁੰਦਾ ਨਾ ਵੀ ਆਪਣਾ ਕੰਮ ਕਰਨ ਦੇ ਵਿੱਚ ਕੁਛ ਕਈ ਵਾਰ ਸ਼ਰਮ ਮਹਿਸੂਸ ਹੁੰਦੀ ਆ ਵੀ ਕੋਈ ਜਾਣ ਪਛਾਣ ਦਾ ਲੰਘ ਰਿਹਾ, ਰਿਸ਼ਤੇਦਾਰ ਲੰਘ ਰਿਹਾ, ਅਤੇ ਉਹ ਕੀ ਕਹਿਣਗੇ ਕਿ ਰੇਹੜੀ ਲਾਈ ਆ, ਅਜਿਹਾ ਕਦੀ ਹੋਇਆ? ਹਾਂਜੀ, ਸਾਨੂੰ ਰਿਸ਼ਤੇਦਾਰਾਂ ਤੋਂ ਬਹੁਤ ਸੁਣਨ ਨੂੰ ਮਿਲਿਆ, ਕਾਫੀ ਜਣਿਆਂ ਨੇ ਕਿਹਾ, ਸਾਡੇ ਜੋ ਆਸ ਪੜੋਸ ਵਾਲੇ ਉਹਨਾਂ ਨੇ ਵੀ, ਬਟ ਬਾਅਦ ਵੀ ਪਹਿਲਾਂ ਸਟਾਰਟਿੰਗ ਦੇ ਵਿੱਚ ਗਿਆ, ਪਰ ਹੁਣ ਸਾਰੇ ਜਣੇ ਸਪੋਰਟ ਕਰ ਰਹੇ ਆ, ਉਹਨਾਂ ਦੇਖ ਰਹੇ ਆ ਕਿ ਵਧੀਆ ਇਹਨਾਂ ਨੂੰ ਰਿਸਪੋਂਸ ਮਿਲਿਆ, ਸਾਰੇ ਆ ਰਹੇ ਆ, ਸਾਨੂੰ ਲੋਕਾਂ ਦਾ ਸਪੋਰਟ ਬਹੁਤ ਮਿਲਿਆ, ਜਿਹੜੇ ਆ ਕੇ ਸਾਡੇ ਕੋਲ ਕਸਟਮਰ ਆ ਰਹੇ ਨਾ, ਉਹਨਾਂ ਨੇ ਸਾਨੂੰ ਬਹੁਤ ਸਪੋਰਟ ਕੀਤਾ, ਉਹਨਾਂ ਦੇ ਸਪੋਰਟ ਦੇ ਨਾਲ ਹੀ ਅਸੀਂ ਇੱਥੇ ਤੱਕ ਪਹੁੰਚੇ ਹਾਂ ਕਿ ਅਸੀਂ ਇਹਨੂੰ ਰਨਿੰਗ ਕਰ ਰਹੇ ਹਾਂ, ਨਹੀਂ ਤਾਂ ਤੁਸੀਂ ਦੇਖਿਆ ਹੋਣਾ ਕਿ ਸਟਾਰਟ ਕਰਦੇ ਆ 2-4 ਦਿਨ ਜਾਂ 2-4 ਮਹੀਨੇ ਦੇ ਵਿੱਚ ਹੀ ਚੱਲ ਜਾਂਦੇ, ਬਟ ਸਾਨੂੰ ਬਹੁਤ ਵਧੀਆ ਰਿਸਪੋਂਸ ਮਿਲਿਆ ਇਹਦੇ ਵਿੱਚ। ਅਤੇ ਜਿਹੜੇ ਲੋਕ ਸ਼ੁਰੂਆਤ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਰੋਕਦੇ ਸਨ ਵੀ ਇਹ ਕਿਹੜਾ ਕੰਮ ਕਰਨ ਲੱਗੇ ਹੋ ਜਾਂ ਨਾ ਕਰੋ, ਉਹ ਹੁਣ ਕੀ ਕੁਝ ਕਹਿੰਦੇ ਨੇ ਤੁਹਾਡੇ ਰਿਸ਼ਤੇਦਾਰ ਸਪੈਸ਼ਲੀ ਕੀ ਕਹਿੰਦੇ ਨੇ? ਹੁਣ ਤਾਂ ਨਹੀਂ ਕਹਿੰਦੇ ਕੁਛ, ਹੁਣ ਤਾਂ ਕਹਿੰਦੇ ਵਧੀਆ ਕੰਮ ਆ ਤੁਸੀਂ ਕਰ ਰਹੇ ਹੋ, ਬਹੁਤ ਵਧੀਆ ਆ, ਅਤੇ ਸਪੋਰਟ ਕਰ ਰਹੇ ਹੋ ਵੀ, ਹੁਣ ਰਿਸ਼ਤੇਦਾਰ ਵੀ ਆ, ਆਂਢ ਗੁਆਂਢ ਵੀ ਜਦੋਂ ਕਹਿ ਸਕਦੇ ਹਾਂ, ਬਟ ਕੋਈ ਸਾਡੇ ਸਾਹਮਣੇ ਨਹੀਂ ਕਿਹਾ, ਪਿੱਛੇ ਕਹਿੰਦੇ ਸੀ, ਬਟ ਸਾਨੂੰ ਪਤਾ ਤਾਂ ਲੱਗਦਾ ਹੁੰਦਾ ਸੀਗਾ, ਕਿਉਂਕਿ ਆਪਾਂ ਤੁਹਾਨੂੰ ਪਤਾ ਕਿ ਮਹੱਲੇ ਦੇ ਵਿੱਚ ਕੋਈ ਨਾ ਜੋ ਗੱਲ ਕਰਦਾ ਸਾਡੇ ਤੱਕ ਪਹੁੰਚ ਜਾਂਦੀ ਹੈ, ਸਾਨੂੰ ਕਰਦੇ ਸੀਗੇ, ਬਟ ਪਤਾ ਲੱਗ ਜਾਂਦਾ ਸੀਗਾ, ਬਟ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਦਾ ਇਹਨਾਂ ਨੇ ਹੁਣ ਇੱਕ ਜਿੱਦਾਂ ਬਿਜ਼ਨਸ ਕਹਿ ਲਓ, ਅਸੀਂ ਹੁਣ ਆਪਣਾ ਬਿਜ਼ਨਸ ਸਮਝ ਲਿਆ ਕਿ ਸਾਡਾ ਹੁਣ ਆਪਣਾ ਬਿਜ਼ਨਸ ਆ, ਅਸੀਂ ਆਪਣੇ ਬਿਜ਼ਨਸ ਨੂੰ ਵਧਾਉਣਾ, ਕਿੱਦਾਂ ਵਧਾਉਣਾ, ਜੋ ਚਲਾਉਣਾ ਹੁਣ ਅਸੀਂ ਆਪ ਕਰ ਰਹੇ ਹਾਂ।
ਇੱਕ ਬਹੁਤ ਵਧੀਆ ਮੈਸੇਜ ਵੀ ਹੈ ਕਿ ਕਈ ਵਾਰ ਹੁੰਦਾ ਕਿ ਫੀਮੇਲਸ ਨੂੰ ਘਰ ਦੇ ਵਿੱਚ ਕਿਹਾ ਜਾਂਦਾ ਵੀ ਤੁਸੀਂ ਘਰ ਦੇ ਵਿੱਚ ਕੰਮ ਕਰੋ, ਵੀ ਮਰਦ ਹੈਗੇ ਨੇ ਇਸ ਘਰ ਦੇ ਵਿੱਚ ਉਹ ਕੰਮ ਕਰਨਗੇ, ਹੈ ਨਾ। ਪਰ ਇੱਕ ਬਹੁਤ ਵਧੀਆ ਸੁਨੇਹਾ ਸੁਸਾਇਟੀ ਦੇ ਲਈ ਵੀ ਕਿ ਤੁਸੀਂ ਆਪ ਘਰ ਦੇ ਵਿੱਚ ਉੱਠ ਕੇ ਆਪਣੀ ਫੈਮਿਲੀ ਨੂੰ ਵੀ ਤੁਸੀਂ ਸਪੋਰਟ ਕਰ ਰਹੇ ਹੋ, ਫੀਮੇਲਸ ਨੂੰ ਸਪੋਰਟ ਕਰ ਰਹੇ ਹੋ ਸਪੈਸ਼ਲੀ, ਹੈ ਨਾ। ਹਾਂਜੀ ਹਾਂਜੀ, ਦੇਖੋ ਅੱਜ ਆਪਾਂ ਜਿਸ ਟਾਈਮ ਦੇ ਵਿੱਚ ਰਹਿ ਰਹੇ ਹਾਂ ਇਹਦੇ ਵਿੱਚ ਇਹ ਹੈ ਨਹੀਂ ਕਿ ਮੇਲ ਫੀਮੇਲ ਦਾ ਤਾਂ ਕੋਈ ਹੈ ਨਹੀਂ ਆ, ਕਿਉਂਕਿ ਦੋ ਇੱਕ ਹੁਣ ਆਪਣਾ ਜੋ ਸਰਕਾਰ ਨੇ ਜੋ ਜਿੱਦਾਂ ਦਾ ਸਰਕਲ ਬਣਾ ਦਿੱਤਾ ਹੈ ਜਾਂ ਸਰਕਾਰ ਨੇ ਬਣਾ ਦਿੱਤਾ, ਸਾਡੀਆਂ ਨੀਡ ਇੱਦਾਂ ਦੀਆਂ ਹੋ ਗਈਆਂ ਕਿ ਸਾਰੇ ਪਰਿਵਾਰ ਦੇ ਮੈਂਬਰ ਕੰਮ ਕਰਨਗੇ ਤਾਂ ਹੀ ਘਰ ਦਾ ਸਰਕਲ ਚੱਲਦਾ ਆ। ਇਹਦੇ ਵਿੱਚ ਇਹ ਹੈ ਨਹੀਂ ਕਿ ਇੱਕ ਪਰਿਵਾਰ ਦਾ ਮੈਂਬਰ ਕਰੇਗਾ ਤਾਂ ਸਾਰੇ ਬੈਠ ਕੇ ਖਾ ਲੈਣਗੇ, ਉਹ ਵਾਲਾ ਹੁਣ ਸਿਸਟਮ ਹੈ ਨਹੀਂ ਗਾ। ਹੁਣ ਸਾਰਿਆਂ ਨੂੰ ਮਿਹਨਤ ਕਰਨੀ ਪੈਂਦੀ ਆ, ਬਟ ਇਹ ਹੈ ਕਿ ਚਲੋ ਆਪਣੇ ਕੰਮ ਦੇ ਇੱਦਾਂ ਹੈ ਕਿ ਕਿਸੇ ਦੇ ਅੰਡਰ ਨਹੀਂ ਕਰਨਾ ਪੈ ਰਿਹਾ ਸਾਨੂੰ, ਹੁਣ ਸਾਡਾ ਆਪਣਾ ਕੰਮ ਆ, ਅਸੀਂ ਆਪਣਾ ਸਮਝ ਕੇ ਆਪ ਕਰ ਰਹੇ ਹਾਂ, ਅਤੇ ਇਹਦੇ ਕਰਕੇ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਰਹੀ ਹੈਗੀ ਕਿਸੇ ਤਰ੍ਹਾਂ ਦੀ ਵੀ। ਮੈਂ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹੂੰਗੀ, ਤੁਸੀਂ ਬਾਹਰ ਚਲੇ ਗਏ, ਮੈਂ ਹੀ ਉੱਧਰ ਆ ਜਾਂਦੀ ਹਾਂ। ਰਿਸ਼ਤੇਦਾਰ ਜਿਵੇਂ ਇਹਨਾਂ ਨੇ ਕਿਹਾ ਕਿ ਰਿਸ਼ਤੇਦਾਰ ਨੇ ਵੀ ਗੱਲਾਂ ਕੀਤੀਆਂ ਤੁਹਾਨੂੰ, ਹੈ ਨਾ, ਵੀ ਕੰਮ ਕਰਨ ਤੋਂ ਰੋਕਿਆ, ਪਰ ਤੁਸੀਂ ਉਹਨਾਂ ਨੂੰ ਸਾਬਤ ਕਰਕੇ ਵਿਖਾਇਆ ਕਿ ਨਹੀਂ ਅਸੀਂ ਕਰ ਸਕਦੇ ਹਾਂ, ਹੈ ਨਾ। ਅਤੇ ਹੁਣ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਆ, ਉਹ ਸਪੈਸ਼ਲੀ ਉਹਨਾਂ ਪਰਿਵਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਆਪਣੀਆਂ ਨੂੰਹਾਂ ਧੀਆਂ ਨੂੰ ਕਹਿੰਦੇ ਨੇ ਵੀ ਤੁਸੀਂ ਘਰ ਦੇ ਵਿੱਚ ਹੀ ਰਹੋ, ਵੀ ਅਸੀਂ ਕਰ ਲੈਂਦੇ, ਜੇਕਰ ਕਿਸੇ ਦਾ ਕੰਮ ਕਰਨ ਦਾ ਮਨ ਹੈ ਤਾਂ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ? ਮੈਂ ਤਾਂ ਮੈਡਮ ਦੇਖੋ ਇਹ ਕਹੂੰਗੀ, ਅਤੇ ਦੇਖੋ ਜੀ ਬੱਚੇ ਵੀ ਆਪਣੇ ਬਾਹਰ ਕੰਮ ਕਰਦੇ ਆ, ਅਤੇ ਧੀਆਂ ਪੁੱਤਰਾਂ 'ਚ ਕੋਈ ਫਰਕ ਨਹੀਂ ਰੱਖਣਾ ਚਾਹੀਦਾ, ਠੀਕ ਨਹੀਂ, ਸਾਰੇ ਰਲ ਮਿਲ ਕੇ ਕੰਮ ਕਰਨ, ਠੀਕ ਨਹੀਂ। ਅਤੇ ਰਿਸ਼ਤੇਦਾਰਾਂ ਨੂੰ ਵੀ ਇਹ ਪਹਿਲੀ ਗੱਲ ਤਾਂ ਮੈਂ ਇਹ ਕਹੂੰਗੀ, ਮੇਰੇ ਘਰਦਿਆਂ ਨਾਲ ਬਹੁਤ ਖੁਸ਼ ਹੋਏ ਜਦੋਂ ਮੈਂ ਬਾਹਰ ਨਿਕਲੀ ਹਾਂ, ਕਹਿੰਦੇ ਘਰ 'ਚੋਂ ਬਾਹਰ ਨਿਕਲੋ ਤੁਹਾਨੂੰ ਪਤਾ ਲੱਗੇ ਦੁਨੀਆਦਾਰੀ, ਠੀਕ ਨਹੀਂ, ਬਾਹਰ ਕਿੱਦਾਂ ਬਹਿਣਾ ਉੱਠਣਾ, ਇਹ ਕੰਮ ਕਾਰ ਕਿੱਦਾਂ ਕਰਨੇ ਕਿੱਦਾਂ ਨਹੀਂ, ਉਹਨਾਂ ਨੂੰ ਬਹੁਤ ਖੁਸ਼ੀ ਹੋਈ ਆ। ਅਤੇ ਮੇਰੇ ਤਾਂ ਰਿਸ਼ਤੇਦਾਰਾਂ ਨਾਲ ਫਿਲਹਾਲ ਸਾਰਿਆਂ ਨੂੰ ਸਪੋਰਟ ਹੀ ਦਿੱਤੀ ਆ ਵੀ ਕੰਮ ਕਰਕੇ ਵਧੀਆ ਕੀਤਾ ਤੁਸੀਂ। ਹਾਂਜੀ, ਬਹੁਤ ਸ਼ੁਕਰੀਆ, ਥੈਂਕ ਯੂ ਮੈਮ। ਸੋ ਇਹ ਨੂੰ ਸੱਸ ਦੀ ਜੋੜੀ ਜਿਹੜੀ ਪਿਛਲੇ 11 ਮਹੀਨਿਆਂ ਤੋਂ ਇਹ ਰੇੜੀ ਚਲਾ ਰਹੀ ਆ, ਔਰ ਇੱਕ ਇਹੀ ਮੈਸੇਜ ਅਸੀਂ ਹਮੇਸ਼ਾ ਸੁਸਾਇਟੀ ਨੂੰ ਵੀ ਦਿੰਦੇ ਹਾਂ, ਸਪੈਸ਼ਲੀ ਜਦੋਂ ਔਰਤਾਂ ਮਿਹਨਤ ਕਰਦੀਆਂ ਨੇ, ਔਰਤਾਂ ਆਪਣਾ ਕੰਮ ਖੁਦ ਸੰਭਾਲਦੀਆਂ ਨੇ, ਇਹੀ ਹਮੇਸ਼ਾ ਮੈਸੇਜ ਹੁੰਦਾ ਕਿ ਜਿਹੜੀਆਂ ਔਰਤਾਂ ਡਰ ਕੇ ਘਰ ਬੈਠ ਜਾਂਦੀਆਂ ਨੇ, ਜਿਹੜੇ ਪਰਿਵਾਰਾਂ ਦੇ ਵਿੱਚ ਇਹ ਲਾਅ ਨਹੀਂ ਹੁੰਦਾ ਵੀ ਔਰਤਾਂ ਬਾਹਰ ਜਾ ਕੇ ਕੰਮ ਕਰਨ, ਪਰ ਵਾਕਈ ਉਹਨਾਂ ਨੂੰ ਸੁਸਾਇਟੀ ਦਾ ਪਤਾ ਚੱਲਣਾ ਚਾਹੀਦਾ, ਉਹਨਾਂ ਨੂੰ ਆਪਣੇ ਮਨ ਦੀ ਕਰ ਲੈਣ ਦਿਓ, ਹੋ ਸਕਦਾ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਸਫਲ ਹੋਣ। ਔਰ ਮੈਨੂੰ ਲੱਗਦਾ ਕਿ ਹਰ ਪਰਿਵਾਰ ਨੂੰ ਆਪਣੇ ਘਰ ਦੇ ਵਿੱਚ ਹਰ ਔਰਤ ਨੂੰ ਸਪੋਰਟ ਕਰਨਾ ਚਾਹੀਦਾ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ, ਸਤਿ ਸ਼੍ਰੀ ਅਕਾਲ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।